ਹਾਂਜੀ ਸਾਥੀਓ ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪੀਐਸਪੀਸੀਲ ਦੀ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਤੁਸੀਂ ਸਿੱਖੋਗੇ ਪੀਐਸਪੀਸੀਲ ਜੋ ਦੋਸਤੋ ਤੁਹਾਡੀ 2500 ਪੋਸਟ ਆਈ ਹੈ ਏਲਐਮ ਦੀ ਉਹ ਅਪਲਾਈ ਕਰਨਾ ਜਿਸ ਵਿੱਚ ਦੋਸਤੋ ਜਿਨ੍ਹਾਂ ਨੇ ਤਾਂ ਅਪਰੈਂਟਸ਼ਿਪ ਕੀਤੀ ਹੋਈ ਹੈ ਉਹਨਾਂ ਨੂੰ ਵੀ ਦੱਸਾਂਗੇ ਕਿਵੇਂ ਅਪਲਾਈ ਕਰਨੀ ਹੈ ਜਿਹੜੇ ਬੱਚੇ ਆਈਟੀ ਕਰ ਰਹੇ ਹਨ ਜਾਂ ਫਿਰ ਦੋਸਤੋ ਆਈਟੀ ਕਰ ਚੁੱਕੇ ਹਨ ਜਿਨ੍ਹਾਂ ਨੇ ਸਿਰਫ ਐਗਜ਼ਾਮ ਦੇਣਾ ਹੈ ਉਹ ਵੀ ਕਿਵੇਂ ਅਪਲਾਈ ਕਰਨਗੇ ਉਹ ਵੀ ਤੁਸੀਂ ਦੇਖਿਓ ਅੱਜ ਦੀ ਇਸ ਵੀਡੀਓ ਨੂੰ ਆਪਾਂ ਪੂਰੀ ਜਾਣਕਾਰੀ ਦੇ ਵਿੱਚ ਤੁਹਾਡੇ ਨਾਲ ਸਾਰੀ ਅਪਡੇਟ ਦੇ ਤਾਂ ਵੀਡੀਓ ਦੋਸਤੋ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਦੋਸਤੋ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਜਾਣਕਾਰੀ ਸਭ ਤੋਂ ਪਹਿਲਾਂ ਮਿਲ ਜਾਵੇ ਤੇ ਦੋਸਤੋ ਇੱਕ ਲਾਈਕ ਜਰੂਰ ਕਰਕੇ ਜਾਣਾ ਜੇ ਵੀਡੀਓ ਚੰਗੀ ਲੱਗੇ ਤਾਂ ਹੁਣ ਦੋਸਤੋ ਤੁਹਾਡੇ ਸਾਹਮਣੇ ਇਹ ਲਿੰਕ ਓਪਨ ਹੋ ਗਿਆ ਹੈ ਇਸ ਲਿੰਕ ਦੇ ਉੱਪਰ ਤੁਸੀਂ ਕਲਿੱਕ ਕਰੋਗੇ ਇਹ ਲਿੰਕ ਤੁਹਾਨੂੰ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਮਿਲ ਜਾਏਗਾ ਜਿਨ੍ਹਾਂ ਨੇ ਦੋਸਤੋ ਆਨਲਾਈਨ ਤਿਆਰੀ ਕਰਨੀ ਹੈ ਜਿਨ੍ਹਾਂ ਨੂੰ ਫ੍ਰੀ ਸਟੱਡੀ ਮਟੀਰੀਅਲ ਚਾਹੀਦਾ ਹੈ ਉਹ ਵੀ ਸਾਡੇ ਟੈਲੀਗ੍ਰam ਗਰੁੱਪ ਦੇ ਵਿੱਚ ਐਡ ਹੋ ਜਾਣ ਲਿੰਕ ਤੁਹਾਨੂੰ ਥੱਲੇ ਮਿਲ ਜਾਏਗਾ ਸਟੱਡੀ ਮਟੀਰੀਅਲ ਬਿਲਕੁਲ ਤੁਹਾਨੂੰ ਫ੍ਰੀ ਕਰਵਾਇਆ ਜਾਏਗਾ ਜੋ ਕਿ ਸਾਡੇ ਚੈਨਲ ਤੇ ਤਾਂ ਅੱਜ ਦੀ ਦੋਸਤੋ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਿੰਪਲੀ ਦੋਸਤੋ ਪਹਿਲੇ ਲਿੰਕ ਤੇ ਆਪਾਂ ਕਲਿੱਕ ਕਰਾਂਗੇ ਇੱਥੇ ਕਰਨ ਅਨਸਾਰ ਦੋਸਤੋ ਇਦਾਂ ਇੰਟਰਫੇਸ ਆਏਗਾ ਇੱਥੇ ਸਿਲੈਕਟ ਕਰਾਂਗੇ ਸੀਆਰਏ ਇੱਥੇ ਦੋਸਤੋ ਆਪਾਂ 30123 ਕਰਾਂਗੇ ਇੱਥੇ ਦੋਸਤੋ ਥੱਲੇ ਆ ਰਿਹਾ ਹੈ ਨਿਊ ਰਜਿਸਟ੍ਰੇਸ਼ਨ ਇੱਥੇ ਦੋਸਤੋ ਆਪਾਂ ਕਲਿੱਕ ਕਰਾਂਗੇ ਹੁਣ ਦੋਸਤੋ ਇੱਥੇ ਪੋਸਟ ਸਿਲੈਕਟ ਕਰੋਗੇ ਅਸਿਸਟੈਂਟ ਲਾਈਨਮੈਨ ਦੀ ਇੱਥੇ ਦੋਸਤੋ ਕੈਂਡੀਡੇਟ ਦਾ ਨੇਮ ਆਏਗਾ ਡੇਟ ਆਫ ਬਰਥ ਆਏਗੀ ਫਾਦਰ ਨੇਮ ਮੋਬਾਈਲ ਨੰਬਰ ਈਮੇਲ ਈਮੇਲ ਦੋਸਤੋ ਤੁਸੀਂ ਸਹੀ ਸੇ ਲਿਖਿਓ ਇੱਕ ਵਾਰ ਆਪਣੀ ਮੇਲ ਲਿਖ ਕੇ ਦੁਬਾਰਾ ਤੋਂ ਆਪਣੀ ਚੈੱਕ ਕਰ ਲਿਓ ਫਿਰ ਦੋਸਤੋ ਸੈਂਡ ਓਟੀਪੀ ਤੇ ਕਲਿੱਕ ਕਰਿਓ ਪਹਿਲਾ ਤੁਹਾਡੇ ਮੋਬਾਈਲ ਤੇ ਓਟੀਪੀ ਆਏਗਾ ਫਿਰ ਜੀਮੇਲ ਤੇ ਓਟੀਪੀ ਆਏਗਾ ਇਹਨਾਂ ਦੋਨਾਂ ਓਟੀਪੀ ਨੂੰ ਫਿਲ ਕਰਕੇ ਥੱਲੇ ਵੈਰੀਫਾਈ ਨੂੰ ਤੁਸੀਂ ਕਲਿੱਕ ਕਰੋਗੇ ਦੋਸਤੋ ਇਹਨਾਂ ਕੰਮ ਕਰੋ ਅੱਗੇ ਤੁਹਾਨੂੰ ਆਪਾਂ ਨੈਕਸਟ ਸਟੈਪ ਦੱਸਦੇ ਹਾਂ ਹੁਣ ਦੋਸਤੋ ਜਦੋਂ ਤੁਸੀਂ ਵੈਰੀਫਾਈ ਤੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਇਹਦਾ ਤੁਹਾਨੂੰ ਰਜਿਸਟ੍ਰੇਸ਼ਨ ਨੰਬਰ ਮਿਲ ਜਾਏਗਾ ਫਿਰ ਦੋਸਤੋ ਸਿੰਪਲੀ ਤੁਸੀਂ ਓਕੇ ਤੇ ਕਲਿੱਕ ਕਰ ਦੋਗੇ ਜਾਂ ਫਿਰ ਦੋਸਤੋ ਇਸ ਨੂੰ ਤੁਸੀਂ ਕਾਪੀ ਵੀ ਕਰ ਸਕਦੇ ਹੋ ਜੋ ਤੁਹਾਨੂੰ ਰਜਿਸਟ੍ਰੇਸ਼ਨ ਨੰਬਰ ਦਿਖਾਈ ਦੇ ਰਿਹਾ ਹੈ ਇਨਾ ਕੰਮ ਕਰਨ ਤੋਂ ਬਾਅਦ ਦੋਸਤੋ ਤੁਹਾਡੇ ਸਾਹਮਣੇ ਇਦਾਂ ਇੰਟਰਫੇਸ ਆ ਜਾਏਗੀ ਹੁਣ ਦੋਸਤੋ ਤੁਸੀਂ ਕੀ ਕਰੋਗੇ ਇੱਥੇ ਆ ਜਾਓਗੇ ਤੁਹਾਡੇ ਕੋਲ ਪੁੱਛਿਆ ਜਾ ਰਹਾ ਹੈ ਕਿ ਤੁਸੀਂ ਡੋਮਸਿਲ ਪੰਜਾਬ ਦੇ ਹੋ ਇੱਥੇ ਯੈਸ ਕਰੋਗੇ ਜੇਕਰ ਦੋਸਤੋ ਤੁਸੀਂ ਪੰਜਾਬ ਦੇ ਹੋ ਇੱਥੇ ਕੈਟਾਗਰੀ ਤੁਹਾਡੇ ਕੋਲ ਪੁੱਛੀ ਗਈ ਹੈ ਤੁਹਾਡੀ ਐਸਸੀ ਹੈ ਜਰਨਲ ਹੈ ਉਹ ਦੋਸਤੋ ਤੁਸੀਂ ਇੱਥੇ ਕਰ ਲੋਗੇ ਇੱਥੇ ਆ ਰਿਹਾ ਐਸਸੀ ਮਜਬੀ ਸਿੱਖ ਐਸਸੀ ਮਜਬੀ ਸਿਕਬਾਨੀਆਂ ਇਦਾਂ ਦੋਸਤੋ ਤੁਹਾਡੇ ਸਾਹਮਣੇ ਆਏਗੀ ਅਤੇ ਦੋਸਤੋ ਐਸਸੀ ਆਏਗੀ ਬੈਕਵਰਡ ਕਲਾਸਿਸ ਇਹਦਾ ਦੋਸਤੋ ਜੋ ਵੀ ਤੁਹਾਡੀ ਇਹਦੇ ਵਿੱਚੋਂ ਜੋ ਵੀ ਤੁਹਾਡੀ ਬਣਦੀ ਹੈ ਕੈਟਾਗਰੀ ਉਹ ਤੁਸੀਂ ਸਿਲੇਕਟ ਕਰੋਗੇ ਜੇਕਰ ਦੋਸਤੋ ਤੁਹਾਨੂੰ ਇਹਦੇ ਵਿੱਚ ਪ੍ਰੋਬਲਮ ਆਉਂਦੀ ਹੈ ਐਸਸੀ ਅਦਰ ਓਨਲੀ ਵਿੱਚ ਜਾਂ ਫਿਰ ਦੋਸਤੋ ਐਸਸੀ ਮਜਬੂਸੀ ਵਿੱਚ ਜੇਕਰ ਦੋਸਤੋ ਤੁਹਾਨੂੰ ਇਹ ਪੋਸਟ ਅਪਲਾਈ ਕਰਨ ਦੇ ਵਕਤ ਕੋਈ ਵੀ ਗਲਤੀ ਫਿਲ ਹੁੰਦੀ ਹੈ ਜਾਂ ਫਿਰ ਦੋਸਤੋ ਤੁਹਾਨੂੰ ਸਹੀ ਨਹੀਂ ਲੱਗ ਰਿਹਾ ਉਹ ਤੁਸੀਂ ਮੇਰੇ ਨਾਲ ਕਨੈਕਟ ਕਰ ਲਿਓ ਦੋਸਤੋ ਤੁਹਾਨੂੰ ਆਪਾਂ ਅਪਲਾਈ ਕਰਨਾ ਸਿਖਾ ਦੇਵਾਂਗੇ ਹਾਂ ਦੋਸਤੋ ਥੱਲੇ ਆ ਰਿਹਾ ਹੈ ਜੈਂਡਰ ਇੱਥੇ ਤੁਸੀਂ ਜੈਂਡਰ ਸਿਲੈਕਟ ਕਰੋਗੇ ਮੇਲ ਹੋ ਫੀਮੇਲ ਹੋ ਇਹਨਾਂ ਕੰਮ ਕਰਨ ਤੋਂ ਬਾਅਦ ਦੋਸਤੋ ਇੱਥੇ ਆ ਰਿਹਾ ਹੈ ਮੈਰਿਟ ਸਟੇਟਸ ਯਾਨੀ ਕਿ ਤੁਸੀਂ ਮੈਰਿਡ ਹੋ ਅਨਮੈਰਿਡ ਹੋ ਤੁਸੀਂ ਇੱਥੇ ਸਿਲੈਕਟ ਕਰੋਗੇ ਫਿਰ ਆ ਰਿਹਾ ਹੈ ਨੈਸ਼ਨਲੀ ਇੱਥੇ ਇੰਡੀਆ ਚੂਜ਼ ਕਰ ਦੋਗੇ ਇਹਨਾਂ ਕੰਮ ਕਰਨ ਤੋਂ ਬਾਅਦ ਦੋਸਤੋ ਤੁਹਾਡੇ ਸਾਹਮਣੇ ਆਪਸ਼ਨ ਆ ਰਹੀ ਹੈ ਅਪਲੋਡ ਪਿਕਚਰ ਫਾਰਮੈਟ ਜੇਪੀਜੀ ਜੋ ਕਿ ਦੋਸਤੋ ਤੁਹਾਡਾ ਫੋਟੋ ਹੋਏਗਾ 2 ਤੋਂ 50 ਕੇਬੀ ਦੇ ਵਿੱਚ ਵਿੱਚ ਹੋਣਾ ਚਾਹੀਦਾ ਹੈ ਇੱਥੇ ਦੋਸਤੋ ਚੂਜ਼ ਫਾਈਲ ਤੇ ਪਹਿਲਾਂ ਕਲਿੱਕ ਕਰੋਗੇ ਫਿਰ ਦੋਸਤੋ ਤੁਸੀਂ ਜੋੜਾ ਕੀ ਹੋਏਗਾ ਪਿਕਚਰ ਹੋਏਗੀ ਅਪਲੋਡ ਹੋ ਜਾਏਗੀ ਤੇ ਐਤੇ ਦੋਸਤੋ ਤੁਹਾਡੇ ਸਾਹਮਣੇ ਆ ਜਾਏਗੀ ਫਿਰ ਦੋਸਤੋ ਇਦਾਂ ਹੀ ਸਿਗਨੇਚਰ ਜੋ ਕਿ ਦੋਸਤੋ 10 ਤੋਂ 20 KB ਦੇ ਵਿੱਚ ਵਿੱਚ ਕਰੋਗੇ ਅਪਲੋਡ ਤੇ ਫਿਰ ਦੋਸਤੋ ਤੁਹਾਡੇ ਸਿਗਨੇਚਰ ਵੀ ਅਪਲੋਡ ਹੋ ਜਾਣਗੇ ਇਨਾ ਕੰਮ ਕਰਨ ਤੋਂ ਬਾਅਦ ਦੋਸਤੋ ਤੁਹਾਡੇ ਸਾਹਮਣੇ ਆ ਰਿਹਾ ਹੈ ਸਰਵਿਸ ਡਿਟੇਲ ਕੇਸ ਆਫ ਐਕ ਸਰਵਿਸਮੈਨ ਜੇਕਰ ਦੋਸਤੋ ਐਕ ਸਰਵਿਸਮੈਨ ਹੋ ਤਾਂ ਇੱਥੇ ਤੁਸੀਂ ਡਾਟਾ ਆਫ ਐਂਟਰੀ ਦੇ ਵਿੱਚ ਪਾ ਦੋਗੇ ਜਿਹੜਾ ਜਿਹੜਾ ਦੋਸਤੋ ਤੁਹਾਨੂੰ ਰੈੱਡ ਅਕਸ਼ਰ ਦੇ ਵਿੱਚ ਯਾਨੀ ਕਿ ਸਟਾਰ ਜਿੱਥੇ ਦਿਖਾਈ ਦੇ ਰਿਹਾ ਹੈ ਇਹ ਜ਼ਰੂਰੀ ਹੈ ਆਪਸ਼ਨ ਫਿਲ ਕਰਨੀ ਬਾਕੀ ਦੋਸਤੋ ਤੁਸੀਂ ਛੱਡ ਵੀ ਸਕਦੇ ਹੋ ਹੁਣ ਤੁਹਾਡੇ ਕੋਲ ਆਪਸ਼ਨ ਆ ਰਹੀ ਹੈ ਕਿ ਤੁਹਾਨੂੰ ਕਨੋਲਜ ਹੈ ਪੰਜਾਬੀ ਦੀ ਤਾਂ ਇੱਥੇ ਯੈਸ ਕਰੋਗੇ ਇੱਥੇ ਆ ਰਿਹਾ ਹੈ ਅਪਰੈਂਟਸ਼ਿਪ ਅਪੀਅਰਿੰਗ ਰਿਜ਼ਲਟ ਅਵੇਟਿੰਗ ਜੇਕਰ ਦੋਸਤੋ ਤੁਹਾਡੇ ਕੋਲ ਇਦਾਂ ਤੁਹਾਨੂੰ ਆ ਰਹੀ ਹੈ ਇਦਾਂ ਸਿਲੈਕਟ ਕਰ ਲੋਗੇ ਯਾਨੀ ਕਿ ਦੋਸਤੋ ਹੁਣ ਤੋਂ ਆਪਾਂ ਹੁਣ ਦੋਸਤੋ ਅੱਗੇ ਹੈ ਤੁਹਾਡੇ ਕੋਲ ਕਨੋਲਜ ਪੰਜਾਬੀ ਯਾਨੀ ਕਿ ਤੁਹਾਡੇ ਕੋਲ ਨੋਲਜ ਹੈ ਪੰਜਾਬੀ ਦੀ ਇੱਥੇ ਯੈਸ ਕਰੋਗੇ ਜੇਕਰ ਦੋਸਤੋ ਤੁਹਾਡੇ ਅਪੀਅਰਿੰਗ ਵਿੱਚ ਹੈ ਰਿਜ਼ਲਟ ਵਿੱਚ ਹੈ ਉਹ ਵੀ ਤੁਸੀਂ ਇੱਥੇ ਟਿਕ ਦਾ ਨਿਸ਼ਾਨ ਲਗਾ ਦੋਗੇ ਯੈਸ ਕਰਨ ਤੋਂ ਬਾਅਦ ਥੱਲੇ ਆ ਰਿਹਾ ਹੈ ਆਰ ਯੂ ਸਰਵਿੰਗ ਹੈ ਬੈ ਸਰਵਿਸ ਰੈਗੂਲਰ EMPLOYE OF PSPCL PSTCL ਯਾਨੀ ਕਿ ਤੁਸੀਂ ਇਹਨਾਂ ਦੇ ਵਿੱਚ ਡਿਊਟੀ ਕਰ ਰਹੇ ਹੋ ਜਾਂ ਫਿਰ ਕੀਤੀ ਹੋਈ ਹੈ ਅਤੇ ਤੁਸੀਂ ਯੈਸ ਨੋ ਕਰ ਦੋਗੇ ਇਹਨਾਂ ਕੰਮ ਕਰਨ ਤੋਂ ਬਾਅਦ ਦੋਸਤੋ ਥੱਲੇ ਆ ਰਿਹਾ ਹੈ ਪੀਰੀਅਡ ਆਫ ਸਰਵਿਸ ਇੱਥੇ ਦੋਸਤੋ ਜਿੰਨਾ ਪੀਰੀਅਡ ਰਿਹਾ ਹੈ ਉਹ ਤੁਸੀਂ ਫਿਲ ਕਰਨਾ ਚਾਹੋ ਤਾਂ ਕਰ ਸਕਦੇ ਹੋ ਨਹੀਂ ਤਾਂ ਦੋਸਤੋ ਇੰਦੀ ਨਹੀਂ ਹੈ ਫਿਰ ਆ ਰਿਹਾ ਹੈ ਦੋਸਤੋ ਪਰਮਨੈਂਟ ਐਡਰੈਸ ਪਰਮਨੈਂਟ ਐਡਰੈਸ ਫਿਲ ਕਰਨ ਤੋਂ ਬਾਅਦ ਜੇਕਰ ਦੋਸਤੋ ਤੁਹਾਡਾ ਕ੍ਰੋਸ ਪੌਂਡ ਵੀ ਐਡਰੈਸ ਸੇਮ ਹੈ ਤਾਂ ਦੋਸਤੋ ਇੱਥੇ ਟਿਕ ਦਾ ਨਿਸ਼ਾਨ ਲਗਾ ਦੋਗੇ ਤਾਂ ਤੁਹਾਡਾ ਐਡਰੈਸ ਸੇਮ ਹੋ ਜਾਏਗਾ ਇਹਨਾਂ ਕੰਮ ਕਰਨ ਤੋਂ ਬਾਅਦ ਦੋਸਤੋ ਆ ਰਿਹਾ ਹੈ ਥੱਲੇ ਮੈਟ੍ਰਿਕ ਰਿਜ਼ਲਟ ਜੋ ਕਿ ਦੋਸਤੋ ਤੁਹਾਡਾ ਇੱਥੇ ਬੋਰਡ ਦਾ ਨਾਮ ਲਿਖੋਗੇ ਜੋ ਵੀ ਤੁਹਾਡਾ ਬੋਰਡ ਰਹੇਗਾ ਇੱਥੇ ਦੋਸਤੋ ਜੇਕਰ PSEB ਹੈ ਪੰਜਾਬ ਯੂਨੀਵਰਸਿਟੀ ਹੈ ਤਾਂ ਇਹ ਤੋਂ ਇਹ ਲਿਖ ਦੋਗੇ ਇੱਥੇ ਬੋਰਡ ਦਾ ਨਾਮ ਯੂਨੀਵਰਸਿਟੀ ਲਿਖ ਦੋਗੇ ਕੋਰਸ ਕਿਹੜਾ ਰਹੇਗਾ 10ਵੀਂ ਦਾ ਰਹੇਗਾ ਆਪਣੇ ਕੋਲ ਜੋ ਕਿ ਦੋਸਤੋ ਆਪਾਂ میٹرਕ ਲਿਖਾਂਗੇ ਇੱਥੇ ਆ ਰਿਹਾ ਕੋਰਸ ਬ੍ਰਾਂਚ ਸਬਜੈਕਟ ਜੋ ਵੀ ਦੋਸਤੋ ਆਪਣੇ ਸਬਜੈਕਟ ਸੀ ਕੇ ਪੀ ਐਸ ਸੀ ਬੀ ਦੇ ਵਿੱਚ ਉਹ ਤੁਸੀਂ ਇੱਥੇ ਸਬਜੈਕਟ ਲਿਖ ਦੋਗੇ ਫਿਰ ਇੱਥੇ ਬੋਰਡ ਦਾ ਨਾਮ ਲਿਖ ਦੋਗੇ ਪੀ ਐਸ ਸੀ ਬੀ ਇੱਥੇ ਦੋਸਤੋ ਪੀ ਐਸ ਸੀ ਬੀ ਲਿਖ ਦੋਗੇ ਇਹਨਾਂ ਕੰਮ ਕਰ ਤੋਂ ਬਾਅਦ ਪਾਸਿੰਗ ਈਅਰ ਲਿਖ ਦੋਗੇ ਮਾਰਕ ਓਬਟੈਂਡ ਯਾਨੀ ਕਿ ਦੋਸਤੋ ਜਿੰਨੇ ਤੁਹਾਨੂੰ ਨੰਬਰ ਆਏ ਹਨ ਉਹ ਇੱਥੇ ਲਿਖੋਗੇ ਟੋਟਲ ਨੰਬਰ ਕਿੰਨੇ ਹਨ ਉਹ ਤੁਸੀਂ ਇੱਥੇ ਲਿਖ ਦੋਗੇ ਆਪਣੇ ਆਪ ਨੰਬਰ ਤੁਹਾਡੇ ਇੱਥੇ ਕਾਊਂਟ ਆ ਜਾਣਗੇ ਪਰਸੈਂਟੇਜ ਦੇ ਵਿੱਚ ਇਦਾਂ ਹੀ ਦੋਸਤੋ ਨੈ ਕੀ ਹੈ ਇਹਨਾਂ ਕੰਮ ਕਰਨ ਤੋਂ ਬਾਅਦ ਇੱਥੇ ਆ ਰਿਹਾ ਹੈ ਬੋਰਡ ਬੋਰਡ ਦੋਸਤੋ ਤੁਹਾਡੇ ਸਾਹਮਣੇ ਆ ਰਿਹਾ ਹੈ ਪੀਐਸਪੀਸੀਐਲ ਪੀਐਸਸੀਬ ਇਹਦਾ ਦੋਸਤੋ ਤੁਹਾਡੇ ਉੱਪਰ ਸਰਟੀਫਿਕੇਟ ਤੇ ਲਿਖਿਆ ਹੋਵੇਗਾ ਜਿਹੜੇ ਦੋਸਤੇ ਹੋਣਗੇ ਆਪਣੇ ਆਈਟੀ ਦੇ ਸਟੂਡੈਂਟ ਉਹ ਦੋਸਤੋ ਕੋਈ ਵੀ ਆਪਸ਼ਨ ਚੂਜ਼ ਕਰ ਲੈਣਾ ਉਹਨਾਂ ਦਾ ਇਹਦੇ ਨਾਲ ਕੋਈ ਮਤਲਬ ਨਹੀਂ ਹੈ ਕਿਉਂਕਿ ਦੋਸਤੋ ਉਹਨਾਂ ਨੇ ਪੇਪਰ ਦੇਣਾ ਹੈ ਉਹ ਕੋਈ ਵੀ ਇਥੋਂ ਆਪਸ਼ਨ ਚੂਜ਼ ਕਰ ਸਕਦੇ ਹਨ ਇਹਨਾਂ ਕੰਮ ਕਰਨ ਤੋਂ ਬਾਅਦ ਇੱਥੇ ਯਰ ਆ ਰਿਹਾ ਹੈ ਪਾਸਿੰਗ ਕਿ ਤੁਸੀਂ ਆਪਣਾ ਨੈਸ਼ਨਲ ਅਪਰੈਂਟਸ਼ਿਪ ਦੀ ਪਾਸ ਕਦੋਂ ਕੀਤਾ ਯਾਨੀ ਕਿ ਤੁਹਾਡੀ ਕਦੋਂ ਅਪਰੈਂਟਸ਼ਿਪ ਪੂਰੀ ਹੋਈ ਉਹ ਤੁਸੀਂ ਲਿ ਇੱਥੇ ਤੁਹਾਡੇ ਟੋਟਲ ਨੰਬਰ ਕਿੰਨੇ ਹਨ ਉਹ ਤੁਸੀਂ ਲਿਖ ਦੋਗੇ ਇੱਥੇ ਦੋਸਤੋ ਜਿਨ੍ਹਾਂ ਨੇ ਦੂਸਰਾ ਅਪਰੈਂਟਸ਼ਿਪ ਨਹੀਂ ਕੀਤੀ ਉਹ ਦੋਸਤੋ ਇੱਥੇ ਕੁਝ ਵੀ ਲਿਖ ਸਕਦੇ ਹਨ ਐਕਸ ਐਕਸ ਲਿਖ ਦਿਓ ਕੁਝ ਵੀ ਲਿਖ ਦਿਓ ਬਸ ਇੱਥੇ ਅਕਾਊਂਟ ਹੋਣਾ ਚਾਹੀਦਾ ਹੈ ਫਿਰ ਇਹਨਾਂ ਕੰਮ ਕਰਨ ਤੋਂ ਬਾਅਦ ਦੋਸਤੋ ਐਡ ਡਿਕਲੇਰੇਸ਼ਨ ਹੈ ਇਹਨੂੰ ਤੁਸੀਂ ਟਿਕ ਦਾ ਨਿਸ਼ਾਨ ਲਗਾਓਗੇ ਤੇ ਇੱਥੇ ਦੋਸਤੋ ਸੇਵ ਐਂਡ ਡਰਾਫਟ ਕਰੋਗੇ ਜਾਂ ਫਿਰ ਦੋਸਤੋ ਸੇਵ ਐਜ਼ ਪ੍ਰੀਵਿਊ ਕਰੋਗੇ ਅੱਗੇ ਤੋਂ ਹੁਣ ਦੱਸਦਾ ਅੱਗੇ ਤੁਸੀਂ ਕੀ ਕਰਨਾ ਹੈ ਹੁਣ ਦੋਸਤੋ ਤੁਸੀਂ ਕੀ ਕਰੋਗੇ ਸਾਰਾ ਡਾਟਾ ਫਿਲ ਕਰਨ ਤੋਂ ਬਾਅਦ ਸੇਵ ਐਂਡ ਪ੍ਰੀਵਿਊ ਕਰੋਗੇ ਉਸ ਤੋਂ ਬਾਅਦ ਦੋਸਤੋ ਤੁਹਾਡਾ ਹੀ ਫੀਸ ਦਾ ਆਪਸ਼ਨ ਆਏਗਾ ਫੀਸ ਕਟਿੰਗ ਕਰਾ ਕੇ ਦੋਸਤੋ ਤੁਹਾਡੇ ਸਾਹਮਣੇ ਰਸੀਪਟ ਨਿਕਲ ਜਾਏਗੀ ਦੋਸਤੋ ਏਦਾਂ ਤੁਸੀਂ ਆਪਣੇ ਇਸ ਫਾਰਮ ਨੂੰ ਕੰਪਲੀਟ ਕਰੋਗੇ ਜੇਕਰ ਦੋਸਤੋ ਇਸ ਫਾਰਮ ਵਿੱਚ ਭਰਨ ਵਿੱਚ ਤੁਹਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਉਸ ਲਈ ਦੋਸਤੋ ਤੁਸੀਂ ਮੇਰੇ ਨਾਲ ਕਨੈਕਟ ਕਰ ਸਕਦੇ ਹੋ ਤੁਸੀਂ ਮੇਰੇ ਨਾਲ ਕਨੈਕਟ ਕਿੱਦਾਂ ਕਰੋਗੇ ਇੰਸਟਾਗ੍ਰam ਤੇ ਵੀ ਕਨੈਕਟ ਕਰ ਸਕਦੇ ਹੋ ਜਿਨ੍ਹਾਂ ਨੇ ਦੋਸਤੋ ਆਈਟੀ ਕੀਤੀ ਹੋਈ ਹੈ ਉਹ ਦੋਸਤੋ ਕੁਝ ਇਦਾਂ ਥੱਲੇ ਭਰਨਗੇ ਜਿਵੇਂ ਐਨਏਸੀ ਅਲਾਈਨਮੈਂਟ ਟ੍ਰੇਡ ਲਿਖਿਆ ਹੋਇਆ ਹੈ ਜ਼ਰੂਰੀ ਹੈ ਇਹਦੇ ਵਿੱਚ ਦੋਸਤੋ ਤੁਸੀਂ ਥਿਓਰੀ ਸਕਿੱਲ ਮੈਥ ਡਰਾਇੰਗ ਇਹਦਾ ਲਿਖ ਕੇ ਜੋ ਵੀ ਦੋਸਤੋ ਤੁਸੀਂ ਬੋਰਡ ਚੂਜ਼ ਕਰਨਾ ਹੈ ਕਰਕੇ ਥੱਲੇ ਪਾਸਿੰਗ ਇਅਰ XX ਕਰ ਦਿਓ ਮਾਰਕਸ 0 ਕਰ ਦਿਓ ਇਹਦਾ ਦੋਸਤੋ ਇਹ ਤੁਹਾਡਾ ਫਾਰਮ ਫਿਲ ਹੋ ਜਾਏਗਾ ਐ ਤੇ ਦੋਸਤੋ ਜਦੋਂ ਤੁਸੀਂ ਦੇਖੋਗੇ 10ਵੀਂ ਦੇ ਆਪਣੇ ਆਪ ਨੰਬਰ ਬਣ ਜਾਣਗੇ ਐ ਤੇ ਦੋਸਤੋ ਜਦੋਂ ਆਪਾਂ ਫਿਲ ਕਰਾਂਗੇ ਤਾਂ ਹੁਣ ਦੋਸਤੋ ਤੁਸੀਂ ਇਦਾਂ ਇਹ ਕੰਮ ਕਰ ਲਿਓ ਤੇ ਦੋਸਤੋ ਆਪਣੀ ਫਾਰਮ ਨੂੰ ਕੰਪਲੀਟ ਕਰ ਲਿਓ ਕਿਤੇ ਵੀ ਤੁਹਾਨੂੰ ਦੋਸਤੋ ਡਾਊਟ ਲੱਗਦਾ ਹੈ ਤੁਸੀਂ ਮੇਰੇ ਨਾਲ ਸਵਾਲ ਕਰ ਲਿਓ ਫਾਰਮ ਗਲਤ ਨਾ ਕਰਿਓ ਸਹੀ ਫਾਰਮ ਫਿਲ ਕਰਿਓ ਅੱਜ ਦੀ ਇਸ ਵੀਡੀਓ ਵਿੱਚ ਇੰਨਾ ਹੀ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਜਰੂਰ ਕਰਕੇ ਜਾਣਾ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਸਬਸਕ੍ਰਾਈਬ ਕਰ ਲੈਣਾ ਇਦਾਂ ਦੀ ਤੁਹਾਨੂੰ ਹੋਰ ਵੀ ਜਾਣਕਾਰੀ ਮਿਲਦੀ ਰਹੇਗੀ ਤਾਂ ਅੱਜ ਦੀ ਇਸ ਵੀਡੀਓ ਵਿੱਚ ਇੰਨਾ ਹੀ ਜੈ ਹਿੰਦ ਦੋਸਤੋ